ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਦੀਵਾਲੀ ਤੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਜਾ ਰਹੀ ਹੈ ਤੇ ਸਮਾਰਟਫੋਨ ਖਰੀਦਣ ਲਈ ਵਿੱਤ ਵਿਭਾਗ ਨੇ 130 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ। ਇਸ ਮੌਕੇ ਖਜ਼ਾਨਾ ਮੰਤਰੀ ਸਰਕਾਰ ਵੱਲੋਂ ਵਿੱਤੀ ਸੰਕਟ ਦੇ ਬਾਵਜੂਦ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਲਾਉਣ ਦੇ ਮੁੱਦੇ ਤੇ ਬੋਲਣ ਤੋਂ ਭੱਜਦੇ ਦਿਖਾਈ ਦਿੱਤੇ। ਜਿੱਥੋਂ ਤੱਕ ਸਮਾਰਟਫੋਨ ਦਾ ਫੈਸਲਾ ਹੈ, ਇਹ ਫਾਈਨੈਂਸ ਡਿਪਾਰਟਮੈਂਟ ਵੱਲੋਂ 130 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਔਰ ਸਮਾਰਟਫੋਨ ਦਾ ਟੈਂਡਰ ਜਿਹੜਾ ਕਾਲ ਕਰ ਲਿਆ। ਕੀ ਆਸ ਕੀ ਲੱਗਦੀ ਹੈ ਕਦੋਂ ਤੱਕ ਜਿਹੜਾ ਹੈਗਾ ਇਹ ਸਮਾਰਟਫੋਨ ਦਾ ਵਾਅਦਾ ਪੂਰਾ ਹੋਊਗਾ? ਸਰ, ਮੈਂ ਤਾਂ ਤੁਹਾਨੂੰ ਕਹਿ ਜਦੋਂ ਪੈਸੇ ਰਿਲੀਜ਼ ਕਰਦੇ ਹੁਣ ਤਾਂ ਤਕਸੀਮ ਕਰਨ ਦੀ ਦੀਵਾਲੀ ਤੱਕ ਕਰ ਲੈਣ ਕਰੋੜ ਰੁਪਏ ਸਮਾਰਟਫੋਨ ਵਾਸਤੇ।